ਅਸਲਾਮ ਅਲੈਕੁਮ ਨਾਜ਼ਰੀਨ, ਅੱਜ ਅਸੀਂ ਫੈਸਲਾਬਾਦ ਦੇ ਇਲਾਕਾ ਝਾਲ, ਬੜਾ ਬਰੀਕ ਲੋਕਾਂ ਦਾ ਇਲਾਕਾ ਹੈ, ਦੇਖਦੇ ਹਾਂ ਕਿਹੜਾ ਬੰਦਾ ਸਹੀ ਸਵਾਲ ਜਵਾਬ ਦਿੰਦਾ ਅਤੇ ਕਿਹੜਾ ਬੰਦਾ ਬਿਲਕੁਲ ਹੀ ਨਿਜ਼ਾਮ ਕੀ ਕਰਦਾ। ਮੈਨੂੰ ਕਰੈਕਟਰ ਲੱਭ ਲੈਣ ਦਿਓ ਕੋਈ ਇੱਥੇ, ਆਓ ਯਾਰ ਜ਼ਰਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਆ? ਠੀਕ ਹੈ। ਮੈਂ ਤੈਨੂੰ ਕੁਛ ਸਵਾਲ ਕਰਨੇ ਨੇ ਨਿਕਾਹ ਬਾਰੇ। ਅੱਛਾ ਚੱਲ, ਇਹ ਦੱਸ, ਯੂ ਆਰ ਵਟ ਦਾ ਆਫ ਨੇਸ਼ਨ ਜਾਂ ਗੌਰਮੈਂਟ ਇਨ ਦਾ ਲਾਈਨ ਟੇਬਲ ਟੋਕ? ਕੀ ਵਟ ਆਰ ਯੂ ਡੂਇੰਗ? ਉਰਦੂ ਹੀ ਦੱਸੋ ਮੈਨੂੰ, ਉਰਦੂ। ਉਹ ਮੈਂ ਪੁੱਛ ਰਿਹਾ, ਇਮਰਾਨ ਖਾਨ ਤੋਂ ਤੁਸੀਂ ਮੁਤਮਿਨ ਆ ਕਿ ਨਹੀਂ? ਨਹੀਂ, ਅਸੀਂ ਆਪਣੇ ਮਾਂ ਪਿਓ ਦੇ ਨਹੀਂ ਮੁਤਮਿਨ। ਅਯਾ ਓ ਮੇਰੇ ਮੌਲਾ, ਕਿਉਂ ਕੀ ਹੋਇਆ? ਹੈਂ, ਬਾਕੀ ਸੋਹਣੇ ਜੰਮੇ ਤਦ ਨਹੀਂ ਮੁਤਮਿਨ, ਨਾਰਾਜ਼ ਉਹਨਾਂ ਨਾਲ ਕਿ ਬਾਕੀ ਸਾਰੇ ਅੱਛੇ ਨੇ, ਬਾਕੀ ਸਾਰੇ ਦੇ ਨਕਸ਼ੇ ਨੈਣ ਵੀ ਠੀਕ ਨੇ, ਅਤੇ ਮੇਰੀ ਵਾਰੀ ਕੀ ਹੋਇਆ? ਮੂੰਹ ਢਿੱਲਾ ਛੱਡਣਾ ਥੋੜ੍ਹਾ ਆ ਜਾਂਦੇ, ਰਿਲੈਕਸ ਪਿਆ ਨਾ। ਅੱਛਾ ਇਹ ਦੱਸ, ਇੱਕ ਨਾ ਫਕੀਰ ਆ, ਹਾਂ, ਉਹਦਾ ਭਰਾ ਮਰ ਜਾਂਦਾ, ਉਹਦੀ ਆਈ ਹੋਣੀ? ਆਹੋ, ਉਹ ਮਰ ਗਿਆ ਨਾ, ਲੇਕਿਨ ਜਿਹੜਾ ਮਰਿਆ ਉਹਨਾਂ ਦਾ ਭਰਾ, ਉਹਦਾ ਭਰਾ ਕੋਈ ਨਹੀਂ ਗਾ। ਕਿੱਦਾਂ? ਇੱਦਾਂ ਹੀ ਗੱਲ ਵੀ ਕਰਨਾ, ਇਹ ਇਹ ਜਿਹੜਾ ਕੰਮ ਆ ਨਾ, ਇੱਕ ਅੱਧੀ ਵਾਰੀ ਸੋਹਣਾ ਲੱਗਦਾ, ਹਰ ਵਾਰੀ ਨਹੀਂ ਲੱਗਦਾ। ਚੱਲ ਕਿੱਦਾਂ ਤੂੰ ਦੱਸ ਨਾ, ਇੱਕ ਫਕੀਰ ਆ, ਉਹਦਾ ਭਰਾ ਮਰ ਗਿਆ, ਉਹ ਜਿਹੜਾ ਮਰਿਆ ਨਾ, ਉਹਦਾ ਕੋਈ ਭਰਾ ਨਹੀਂ, ਉਹ ਇਕੱਲਾ ਹੀ ਆ। ਇਹ ਕਿੱਦਾਂ ਹੋਇਆ ਕਿ ਉਹਦਾ ਇੱਕ ਫਕੀਰ ਦਾ ਭਰਾ ਮਰਿਆ ਅਤੇ ਉਹ ਇਕੱਲਾ ਹੀ ਆ, ਉਹਦਾ ਹੋਰ ਕੋਈ ਭਰਾ ਹੀ ਨਹੀਂ ਹੈਗਾ, ਇਹ ਕਿੱਦਾਂ ਹੋ ਸਕਦਾ? ਪਤਾ ਨਹੀਂ ਕੀ, ਪਤਾ ਨਹੀਂ। ਅੱਛਾ ਚੱਲ ਇਹ ਦੱਸ, ਜਿਹੜਾ ਤੇਰੀ ਭਰਜਾਈ ਦੀ ਨਨਾਣ ਆ, ਉਹ ਤੇਰੀ ਕੀ ਲੱਗੀ? ਹੈਂ, ਭਜਾਈ ਦੀ ਨਨਾਣ? ਭਜਾਈ, ਓਏ ਭਜਾਈ ਦੀ ਨਹੀਂ, ਭਰਜਾਈ ਦੀ, ਭਰਜਾਈ ਦੀ ਮੇਰੀ ਭੈਣ। ਲਤੀਫਾ ਕੋਈ ਗੱਲ ਸੁਣਾਇਆ ਸੀ ਜਿਹੜਾ ਮੈਨੂੰ ਹਾਸਾ ਆਵੇ? ਤੁਹਾਡਾ ਮੂੰਹ ਇੱਦਾਂ ਜਿਵੇਂ ਖੁਸਰਿਆਂ ਦਾ ਹੋਟਲ ਹੁੰਦਾ। ਹੋਰ, ਅੱਧਾ ਕਿਲੋ ਘੋੜਾ ਹੁੰਦਾ। ਵਾਹ ਵਾਹ, ਹੋਰ ਕੰਨਾਂ 'ਤੇ ਜਰਾਬਾਂ ਪਾ ਕੇ ਕਹਿੰਦੇ ਮੈਨੂੰ ਬੱਕਰਾ ਕਹੋ। ਹੋਰ, ਲੱਸੀ ਨਾਲ ਵਿਹੜਾ ਧੋਤਾ ਹੁੰਦਾ। ਅੱਛਾ, ਨਾਲ ਇੰਜ ਵੀ ਕਰ ਬਾਈ, ਨਾਕਾ ਲਾ ਕੇ ਜਿੰਨ ਫੜਿਆ ਹੁੰਦਾ, ਨਾਕਾ ਲਾ ਕੇ ਕਿ ਘੇਰਾ ਪਾ ਕੇ, ਨਾਕਾ ਲਾ ਕੇ, ਨਾਕਾ ਲਾ ਕੇ। ਅੱਛਾ ਤੂੰ ਇੱਥੇ ਕੀ ਕਰਦਾ? ਹੈਂ, ਉਲਟੀਆਂ। ਕੱਲ ਗਟਰ ਦੇ ਕੋਲ ਬਹਿ ਕੇ ਰੋਈ ਜਾਵੇ, ਮੈਂ ਕਿਹਾ ਕੀ ਹੋਇਆ? ਕਹਿੰਦੇ ਮੇਰੇ ਤੰਦੂਰ 'ਚ ਕੋਈ ਪਾਣੀ ਪਾ ਗਿਆ। ਲਓ ਜੀ, ਦਿਸ ਇਜ਼ ਫੈਸਲਾਬਾਦ ਹੈ, ਫੈਸਲਾਬਾਦ ਦੀ ਸ਼ਾਨ ਆ ਕਿ ਦੇਖੋ ਉਹਦਾ ਸ਼ਕਲ ਤੁਸੀਂ ਦੇਖੋ, ਮਤਲਬ, ਲੇਕਿਨ ਉਹਦੀ ਗੱਲ ਕਿੱਡੀ ਅੱਛੀ ਕਰ ਰਹੇ ਹੋ। ਮੈਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਇਹ ਮੁਨਾਫਕਤ ਹੁੰਦੀ ਆ, ਜਿੱਦਾਂ ਦਾ ਮੂੰਹ ਹੋਵੇ ਨਾ ਉੱਦਾਂ ਦੀ ਗੱਲ ਕਰਨੀ ਚਾਹੀਦੀ, ਤੂੰ ਗੱਲ ਐਡੀ ਅੱਛੀ ਕਰ ਰਿਹਾ। ਸਿਰ 'ਤੇ ਛਾਪਰ ਪਾ ਕੇ ਨਹਿਰ 'ਚ ਨਹਾਈ ਜਾ ਰਿਹਾ, ਮੈਂ ਕਿਹਾ ਕੀ ਕਹਿੰਦੇ ਮੇਰੇ ਅਕਲ 'ਚ ਪਾਣੀ ਪੈ ਜਾਂਦਾ। ਮੈਂ ਚਾਹ ਰਿਹਾ ਤੈਨੂੰ ਲੋਕ ਪਛਾਣਨ ਕੇ ਯਾਰ, ਉਹ ਮੈਂ ਕਿਹਾ ਤੁਸੀਂ ਰੋਜ਼ੇ ਨਹੀਂ ਰੱਖਦੇ? ਕਹਿੰਦੇ ਛੋਟਾ ਜਿਹਾ ਮੇਰਾ ਘਰ, ਮੈਂ ਬੱਚੇ ਰੱਖਾਂਗੇ, ਰੋਜ਼ੇ ਰੱਖਾਂ, ਲੈਟਰਿਨ 'ਚ ਬਹਿ ਕੇ ਪਾਨ ਖਾਈ ਜਾ ਰਹੇ। ਮੈਂ ਕਿਹਾ ਤੁਹਾਨੂੰ ਬੋਰ ਨਹੀਂ ਹੁੰਦੀ? ਕਹਿੰਦੇ ਮੈਂ ਖੁਸ਼ਬੂ ਵਾਲਾ ਲਵਾਇਆ। ਜੱਫੀ ਪਾ, ਠਹਿਰ ਇੱਕ ਮਿੰਟ, ਚੱਲ ਆਉਣਾ। ਨਹੀਂ ਨਹੀਂ, ਮੈਂ ਵੈਸੇ ਮਜ਼ਾਕ ਲੱਗਾ ਵੀਰੇ, ਟਾਂਗੇ ਤਾਂ ਲੈ ਜਾਂਦੇ ਹੋ, ਹਾਂ ਮੇਰੇ ਮਗਰੋਂ ਵੀ ਲਾਇਓ ਯਾਰ। ਮੈਂ ਐਡੀ ਦੂਰੋਂ ਤੈਨੂੰ ਲੱਭ ਕੇ ਤੇਰਾ ਇੰਟਰਵਿਊ ਕਰ ਰਿਹਾ। ਮੈਂ ਸਾਈਕਲ 'ਚ ਹੋ ਰਹਾਂ, ਬਰਫਾ ਦੀ ਦੁਕਾਨ 'ਤੇ ਜਾ ਕਹਿੰਦੇ ਕਿੰਨੇ ਦੀ ਪੱਟੀ? ਕਹਿੰਦੇ 100 ਰੁਪਏ ਦੀ। ਕਹਿੰਦੇ ਮੇਰੇ ਗਿੱਟੇ 'ਤੇ ਕਰ ਦਿਓ। ਲਓ ਜੀ ਨਾਜ਼ਰੀਨ, ਕਿਆ ਬਾਤ ਹੈ, ਸਦਕੇ ਜਾਵਾਂ। ਬਸ ਮੈਂ ਨਹੀਂ ਕੋਈ ਜੁਗਤ ਮਾਰਨੀ ਤੈਨੂੰ, ਕਿਉਂ ਪਤਾ ਕੀ, ਮੈਂ ਵੀ ਫੈਸਲਾਬਾਦ ਦਾ, ਤੁਸੀਂ ਫੈਸਲਾਬਾਦ ਦੇ, ਜੇ ਮੈਂ ਲਾਹੌਰ ਜਾ ਕੇ ਜੁਗਤਾਂ ਮਾਰਦਾ ਲੋਕਾਂ, ਅੱਛਾ, ਤਾਂ ਕਿ ਉਹ ਨਾ ਠੀਕ ਨੇ ਉੱਥੇ ਜੁਗਤਾਂ, ਇੱਥੇ ਮੈਂ ਤੈਨੂੰ ਜੁਗਤਾਂ, ਇੱਥੇ ਤੂੰ ਮਾਰ ਜੁਗਤਾਂ, ਲੋਕ ਜੁਗਤਾਂ ਮਾਰਨ ਤਾਂ ਕਿ ਆਵਾਮ ਆਡੀਅੰਸ ਜਿਹੜੀ ਨਾ ਉਹ ਇੰਜੋਏ ਕਰੇ। ਹੋਰ ਸੁਣਾਓ? ਮੈਂ ਠੀਕ ਹਾਂ, ਕੋਈ ਆ ਰਹੀ ਲੱਗਦਾ ਜੇ ਬਿਸਮਿਲ੍ਲਾ। ਇਹਨਾਂ ਨੂੰ ਕਿਸੇ ਨੇ ਕਿਹਾ ਫਰਿਸ਼ਤਾ ਸਰਾਣ ਵਾਲੀ ਸਾਈਡ ਤੋਂ ਜਾਨ ਕੱਢਦਾ, ਅਤੇ ਦੋਵਾਂ ਸਾਈਡ 'ਤੇ ਪੈਂਦਾ ਪਵਾ ਲਿਆ। ਲਾਈ ਦੀ ਦੁਕਾਨ 'ਚ ਮੈਂ ਗਿਆ ਭਾਈ, ਅੱਛਾ, ਉਹਨੇ ਐਂ ਕਰਕੇ ਫੁਹਾਰਾ ਮਾਰਿਆ, ਮੈਂ ਕਿਹਾ ਠਹਿਰ ਕੇ ਵਾਲ ਕੱਟੀ ਤਾਂ ਬਾਰਿਸ਼ ਰੁਕ ਜਾਵੇ। ਲਓ ਜੀ, ਬਹੁਤ ਸ਼ੁਕਰੀਆ, ਕਲੈਪ ਕਰ ਦਿਓ ਭੈਣ ਵਾਸਤੇ ਇੱਕ ਦੀ ਜ਼ਰਾ। ਵਾਹ ਵਾਹ ਵਾਹ, ਜ਼ਬਰਦਸਤ, ਆਓ ਜੀ।
ਲਓ ਜੀ ਨਾਜ਼ਰੀਨ, ਮੈਂ ਜਿਸ ਸ਼ਖਸੀਅਤ ਦੇ ਕੋਲ ਬੈਠਾ ਹੈ, ਇਹ ਇਲਾਕਾ ਹੈਗਾ ਝਾਲ, ਇਹਨੂੰ ਮਸ਼ਹੂਰ ਨੇ, ਜਿਸ ਤਰ੍ਹਾਂ ਕੁਛ ਇਲਾਕੇ ਹੁੰਦੇ ਨਾ ਜਿੱਥੇ ਬੜੀ ਬਰੀਕ ਗੱਲ ਹੁੰਦੀ ਹੈ, ਬੜੇ ਬਰੀਕ ਲੋਕ, ਨਫੀਸ ਲੋਕ ਹੁੰਦੇ ਨੇ ਗੱਲ ਕਰਨ ਵਾਲੇ, ਉਹਨਾਂ 'ਚੋਂ ਇੱਕ ਇਹ ਇਲਾਕਾ ਫੈਸਲਾਬਾਦ ਦਾ ਝਾਲ ਜਿਹੜਾ, ਇਹ ਵੀ ਬੜਾ ਮਸ਼ਹੂਰ ਆ, ਔਰ ਇਹ ਜਿਹੜੀ ਸ਼ਖਸੀਅਤ, ਇਹਨਾਂ ਦਾ ਨਾਮ ਆ ਬਾਬਰ ਕੁਰੈਸ਼ੀ। ਅਸਲਾਮ ਵਾਲੇਕੁਮ ਸਰ। ਵਾਲਕੁਮ ਸਲਾਮ ਜਨਾਬ ਸੱਜਾਦ ਸਾਹਿਬ। ਸਭ ਤੋਂ ਪਹਿਲੇ ਤਾਂ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਕਿ ਤੁਸੀਂ ਸਾਡੇ ਫੈਸਲਾਬਾਦ ਸ਼ਹਿਰ ਦੇ ਵਿੱਚ ਇੱਕ ਇਤਨਾ ਅੱਛਾ ਅਦਾਰਾ ਦਿੱਤਾ ਹੈ, ਦੀ ਵਜ੍ਹਾ ਦੇ ਨਾਲ ਪੂਰੇ ਫੈਸਲਾਬਾਦ ਦੀ ਪੂਰੀ ਦੁਨੀਆ 'ਚ ਪਹਿਚਾਣ ਹੈ। ਇਸ ਵਾਸਤੇ ਜਿਹੜੇ ਮੇਰੇ ਲੋਕ ਖਲੋਤੇ ਨੇ, ਇਸ ਅਦਾਰੇ ਵਾਸਤੇ ਇੱਕ ਕਲੈਪ ਵੀ ਹੋਣੀ ਚਾਹੀਦੀ ਜਿਹਨਾਂ ਦੇ ਮਤਲਬ। ਇਸ ਸ਼ਹਿਰ ਨੂੰ ਕੀ ਐਸੀ ਮਤਲਬ ਖਾਸੀਅਤ ਹੈ ਇਹਦੇ ਵਿੱਚ, ਕੋਈ ਇਹਦਾ ਕੀ ਰੋਲ ਹੈ ਕਿ ਮਸ਼ਹੂਰ ਆ ਪੂਰੀ ਦੁਨੀਆ 'ਚ ਯਾਰ, ਲੈਲਪੁਰ ਮੈਂ ਲਾਹੌਰ ਜਾਂਦਾ ਨਾ, ਮਾੜੀ ਜੀ ਕਿਸੇ ਨੂੰ ਗੱਲ ਕਰਦੇ ਹੋ, ਤੂੰ ਫੈਸਲਾਬਾਦ ਦਾ ਭਾਈ, ਤੇਰੇ ਨਾਲ ਅਸੀਂ ਕਿੱਥੇ ਗੱਲ ਕਰ ਸਕਦੇ, ਇਹ ਗੱਲ ਹੁੰਦੀ, ਇਹਦੀ ਵਜ੍ਹਾ ਕੀ ਹੈ? ਇਹਦੀ ਸਭ ਤੋਂ ਪਹਿਲੇ ਵਜ੍ਹਾ ਇਹ ਕਿ ਇੱਥੇ ਗੱਲ ਪਹਿਲੇ ਵੀ ਹੋ ਰਹੀ ਸੀ, ਗੱਲ ਇੱਥੇ ਪਹਿਲੇ ਵੀ ਹੋ ਰਹੀ ਸੀ, ਜਿਸ ਤਰ੍ਹਾਂ ਕਿ ਤੁਸੀਂ ਅਕਸਰੋਂ ਬੇਸ਼ਤਰ ਵੇਖਿਆ ਹੋਣਾ ਕਿ ਜਿਹੜੇ ਲੋਕ ਲੋਹਾ ਲੱਭਦੇ ਨੇ ਅਤੇ ਲੋਹੇ ਦੇ ਵਿੱਚੋਂ ਮਕਨਾਤੀਸ ਦੇ ਨਾਲ ਚੀਜ਼ ਨਹੀਂ ਲੱਭਦੇ, ਫੈਸਲਾਬਾਦ ਦੀ ਮਿੱਟੀ ਏਡੀ ਜ਼ਰਖੇਜ਼ ਹੈ, ਇੱਥੇ ਦਾ ਕਵਾਲ ਬਹੁਤ ਹੀ ਇੰਟਰਨੈਸ਼ਨਲ, ਨੁਸਰਫ ਫਤਿਹ ਅਲੀ, ਹਾਂਜੀ ਬਿਲਕੁਲ, ਬਹੁਤ ਸਾਰੇ ਆਰਟਿਸਟ, ਇਜਾਦ ਕੈਸਰ ਸਾਹਿਬ। ਅੱਛਾ ਫਿਰ ਇੱਕ ਇਹ ਵੀ ਗੱਲ ਆ ਵੀ ਇੱਕ ਦਿਲ ਕਰੇ ਤਾਂ ਕੋਈ ਮਾਲਕ ਆ, ਉਹਦੀ 10 ਕਰੋੜ ਰੁਪਏ ਦਾ ਮਾਲ ਪਿਆ ਦੁਕਾਨ 'ਚ, ਉਹਦਾ 18,000 ਰੁਪਏ ਦਾ ਮੁਲਾਜ਼ਮ ਆ, ਉਹ ਮੁਲਾਜ਼ਮ ਜ਼ਰਾ ਨਹੀਂ ਝੱਕਦਾ ਮਾਲਕ ਤੋਂ ਗੱਲ ਕਰਨ ਲੱਗੇ। ਜਨਾਬ ਇੱਥੇ ਤਾਂ ਗਾਹਕ ਜ਼ਾਇਆ ਕਰਦੇ ਅਤੇ ਜੁਗਤ ਜ਼ਾਇਆ ਨਹੀਂ ਕਰਦੇ, ਬਲਕਿ ਤੁਸੀਂ ਯਕੀਨ ਕਰੋ ਇੱਥੇ ਸਪੈਸ਼ਲ ਸੋਚ ਕੇ ਜੁਗਤ ਨਹੀਂ ਮਾਰਦੇ, ਗੱਲ ਦੇ ਵਿੱਚੋਂ ਨਾ ਉਹਦੀ ਸੈਕਿੰਡ ਗੱਲ ਕਰਨੀ ਹੁੰਦੀ ਹੈ, ਮਤਲਬ ਮੈਂ ਤੁਹਾਨੂੰ ਕਹਿੰਦਾ ਉੱਧਰ ਹੋ ਜਾ ਯਾਰ, ਇੱਥੇ ਹੀ ਬੈਠਾ, ਇੱਥੇ ਕੀ ਤੇਲ ਨਿਕਲ ਆਇਆ, ਯਾਨੀ ਇਹ ਵੀ ਗੱਲ ਹੈ ਨਾ, ਇਹਨੂੰ ਕਹਿੰਦੇ ਨੇ ਫੈਸਲਾਬਾਦ, ਫੈਸਲਾਬਾਦ। ਅਚਾਨਕ ਯਕੀਨ ਕਰੋ, ਅਸੀਂ ਇੱਕ ਬੰਦਾ ਆ ਕੇ ਕਹਿੰਦਾ ਭਾਈ ਇਹਨੇ ਤੇ ਖੁਸਰਿਆਂ ਵਾਲੀ ਗਲੀ ਕਿੱਥੇ ਵੇ, ਅਤੇ ਉਹ ਨਵਾਕਮ ਆਦਮੀ ਪੁੱਛਣ ਡਿਆ, ਕਹਿੰਦਾ ਭਾਅ ਜੀ ਹੁਣ ਤਾਂ ਸੌਂਗੇ ਹੋਣੇ ਨਹੀਂ, ਹੈਰਾਨ ਆ ਅਤੇ ਇੱਥੇ ਮਤਲਬ ਇਸ ਤਰ੍ਹਾਂ ਦੀ ਗੱਲ ਹੁੰਦੀ ਕਿ ਫੈਸਲਾਬਾਦ ਜਿਹੜੀ ਹੈ, ਅਸੀਂ ਗੱਲ ਕਰ ਰਹੇ ਹਾਂ ਨਾ ਕਿ ਇੱਕ ਗੱਲ 'ਚ ਤਾਂ ਮੈਂ ਨਾ ਜੀ ਲਾਹੌਰੋਂ ਅੱਡੇ ਤੋਂ ਉਤਰਿਆ, ਅਤੇ ਇੱਕ ਰਕਸ਼ਾ, ਹਾਂਜੀ ਅੱਡੇ ਤੋਂ ਉਤਰਿਆ ਮੈਂ, ਅਤੇ ਇੱਕ ਰਕਸ਼ੇ ਵਾਲਾ ਨਾ, ਹੁਣ 3 ਕੁ ਵਜੇ ਦਾ ਟਾਈਮ, ਅਤੇ ਸਾਰੇ ਰਕਸ਼ੇ ਵਾਲੇ ਕਹਿੰਦੇ ਨਾ ਵੀ ਹਾਂਜੀ ਭਾਅ ਜੀ ਹਾਂਜੀ, ਅਤੇ ਇੱਕ ਰਕਸ਼ਾ ਵਾਲਾ ਸਿਰਫ ਮੇਰਾ ਲੈ ਵੇਖ ਰਿਹਾ, ਅਤੇ ਮੈਂ ਨਾ ਥੋੜ੍ਹਾ ਜਿਹਾ ਘੱਟ ਵੀ ਗਿਆ ਨਾ, ਮਤਲਬ ਕਿਉਂ ਦੇਖ ਰਿਹਾ, ਨਹੀਂ ਵੀ ਇਸ ਤਰ੍ਹਾਂ ਕਿਉਂ ਦੇਖ ਰਿਹਾ, ਅਤੇ ਮੈਂ ਉਹਦੇ ਮੈਂ ਅਖੀਰ ਮੈਂ ਕਿਹਾ ਹਾਂ, ਅਤੇ ਮੈਨੂੰ ਉਹ ਇਸ਼ਾਰਾ ਨਾ ਕਹਿੰਦਾ, ਮੈਂ ਕਿਹਾ ਕੀ ਮਤਲਬ, ਮੈਂ ਲਾਗੇ ਜਾ ਕੇ ਮੈਂ ਕਿਹਾ ਹਾਂਜੀ ਤਾਂ ਜਾਣਾ, ਮੈਂ ਕਿਹਾ ਹਾਂਜੀ, ਕਹਿੰਦਾ ਬਹਿ, ਉਹਦਾ ਸਟਾਈਲ ਹੀ ਐਸਾ ਸੀ, ਮੈਂ ਕਿਹਾ ਯਾਰ ਚਲੋ ਠੀਕ ਆ, ਮਤਲਬ ਕਿੰਨੇ ਪੈਸੇ, ਜਿੰਨੇ ਮਰਜ਼ੀ ਦੇ ਦੇ, ਮੈਂ ਕਿਹਾ ਉਸਤਾਦ ਇਹ ਕੰਮ ਖਰਾਬ ਆ। ਖੈਰ ਉਹ 2-4 ਗੱਲਾਂ ਹੋਈਆਂ ਤਾਂ ਮੈਂ ਬਹਿ ਕੇ ਉਹਨੂੰ ਜਾ ਰਿਹਾ, ਤਾਂ ਰਸਤੇ 'ਚ ਨਾ ਉਹ ਗੱਲਾਂ ਕਰੀ ਜਾ ਰਿਹਾ, ਉਹਨੂੰ ਜਿਹੜੀ ਚੀਜ਼ ਨਜ਼ਰ ਆ ਰਹੀ ਨਾ, ਕੋਈ ਦੁਕਾਨ ਦਾ ਸ਼ਟਰ ਵੱਡਾ ਨਜ਼ਰ ਆ, ਉੱਤੇ ਗੱਲ ਕਰਤੀ, ਕੋਈ ਸਪੀਡ ਬ੍ਰੇਕਰ ਵੱਡਾ ਆ, ਉੱਤੇ ਗੱਲ ਕਰਤੀ, ਅਤੇ ਨਾ ਹੁਣ ਗਦਾ ਗਾੜੀ ਆਪਣਾ ਨਿਕਲੀ ਇੰਜ, ਅਤੇ ਅੱਗੋਂ ਨਾ ਇੰਜ ਕਰਕੇ ਉਹ ਜਾ ਰਿਹਾ, ਤਾਂ ਉਹਦੇ ਅੱਗੇ ਰੇਹੜੀ ਆ ਗਈ, ਅਤੇ ਉਹਨੇ ਨਾ ਕੋਈ ਮਤਲਬ 2 ਕੁ ਮਿੰਟ ਬਾਅਦ ਉਹ ਸਲੋ ਤੋਰ ਕੇ ਨਾ ਉਹਨੇ ਰੇਹੜੀ ਇੰਜ ਨੂੰ ਕੀਤੀ, ਅਤੇ ਇੰਜ ਕੀਤੀ, ਤੁਹਾਨੂੰ ਖਿੱਚ ਗਿਆ ਕਿ ਇੰਨੀ ਦੇਰ ਮਤਲਬ ਇੰਜ ਆ ਕੇ ਨਾ ਹੋਰੀ ਜੱਗੇ ਕਰਕੇ, ਅਤੇ ਉਹ ਗਦੇ ਵੱਲ ਇਸ਼ਾਰਾ ਕਰਕੇ ਨਾ, ਅਤੇ ਕਹਿੰਦਾ ਇਹਨੂੰ ਬੁਖਾਰ ਹੋਇਆ ਜੀ, ਮਤਲਬ ਅਤੇ ਫਿਰ ਉਹ ਚਲਾ ਗਿਆ। ਨਹੀਂ ਇਹ ਉੱਥੇ ਆਮ ਆ, ਦਿਲ ਕਰੇ ਉਹਦਾ ਕੋਈ ਤੱਲਕੜਾ ਹੋਵੇ ਨਾ, ਜੁਗਤ ਨਾ ਮਜ਼ਾ, ਅਸੀਂ ਬਾਜ਼ੋਕਤ ਰਕਸ਼ੇ ਵਾਲੇ ਨੂੰ ਕਹੀਦਾ ਕਿ ਯਾਰ ਝੰਗ ਬਾਜ਼ਾਰ ਜਾਣਾ ਕਿੰਨੇ ਪੈਸੇ, ਮੈਂ ਕਿਹਾ ਯਾਰ ਕਿੰਨੇ ਪੈਸੇ, ਕਹਿੰਦੇ ਜੀ 50 ਰੁਪਏ, ਮੈਂ ਕਿਹਾ ਯਾਰ 25 ਲੈ ਲੈ, ਕਹਿੰਦਾ ਭਾਅ ਜੀ ਉੱਧਰੋਂ ਖਾਲੀ ਆਉਣਾ ਪੈਂਦਾ, ਮੈਂ ਕਿਹਾ ਹੋਰ ਪਾਸੇ ਤੁਹਾਨੂੰ ਕਣਕ ਦਿੰਦੇ ਯਾਰ, ਮਤਲਬ ਕਬ ਸਰੀ ਅਸੀਂ। ਅੱਛਾ 30 ਸਾਲ ਹੋ ਗਏ ਤੁਸੀਂ ਇੱਥੇ ਹੀ ਬੈਠੇ, ਇੱਥੇ ਹੀ ਬੈਠੇ ਜਾਂ ਕਿਤੇ ਇੱਧਰ ਉੱਧਰ ਵੀ ਥੋੜ੍ਹਾ ਵੇਲੇ? ਨਹੀਂ ਮੈਨੂੰ ਕੋਈ ਕੜੀ ਨਹੀਂ ਲੱਗੀ, ਨਿਸ਼ਾਨੇ ਦਫ਼ਾ ਦੇਖਿਆ ਤੁਸੀਂ ਉੱਥੇ ਪਰੇ ਵੀ ਬੈਠੇ ਹੁੰਦੇ? ਹਾਂ ਹਾਂ ਬਿਲਕੁਲ, ਇਸ ਤਰ੍ਹਾਂ ਨਹੀਂ ਕਿ ਮੈਂ ਵੀਲ ਚੇਅਰ 'ਤੇ, ਮਕਸਦ ਇਹ ਹੈ ਉਹਨੇ ਕਾਫੀ ਇਹ ਮੁੰਨਾ ਜੀ ਬੜਾ ਪਿਆਰਾ ਬੜਾ ਅੱਛਾ ਬੇਟੇ ਬਰੀਕ ਬੰਦਾ ਮੁੰਨਾ, ਦੇਖੋ ਇਹਦਾ ਮੁੰਨਾ ਜੀ, ਇਹ ਮੁੰਨਾ ਕਿਸ ਚੱਕਰ 'ਚ ਜੀ? ਇਹ ਅਸੀਂ 60,000 ਦਾ ਲਿਆ ਜੀ। ਅੱਛਾ ਖਾਨ ਸਾਹਿਬ, ਕੋਈ ਐਸਾ ਵਾਕਿਆ, ਕੋਈ ਐਸੀ ਗੱਲ ਵੀ ਜਿਹੜਾ ਜ਼ਰਾ ਮਤਲਬ ਥੋੜ੍ਹਾ ਜਿਹਾ ਅਸੀਂ ਸੀਰੀਅਸ ਤੁਹਾਡ ਜੀਏ, ਅਤੇ ਜ਼ਰਾ ਲੋਕ ਜਿਹੜਾ ਪਿਆ ਫੈਸਲਾਬਾਦ ਦਾ ਰੰਗ ਆ ਉਹ ਜ਼ਰਾ ਨਜ਼ਰ ਆਵੇ ਵਿੱਚ ਥੋੜ੍ਹਾ। ਇੱਕ ਦਫ਼ਾ ਨਾ ਮੈਨੂੰ ਕਹਿਣ ਲੱਗੇ ਕਿ ਕਵਾਲ ਚਾਹੀਦੇ ਇੱਥੋਂ ਹੀ, ਹੁਣ ਕਵਾਲ ਜਿਹੜੇ ਹੁੰਦੇ ਨੇ ਉਹਨਾਂ ਦੀ ਇੱਕ ਜੈਸੀ ਵਰਦੀ ਹੁੰਦੀ, ਇੱਕ ਜੈਸਾ ਸਿਸਟਮ ਹੁੰਦਾ ਹੈ, ਇੱਕ ਜੈਸਾ ਨਿਜ਼ਾਮ ਹੁੰਦਾ ਹੈ। ਖੈਰ ਮੈਂ ਕਵਾਲ ਲੈ ਕੇ, ਮੈਂ ਕਿਹਾ ਯਾਰ ਉਹਨਾਂ ਦਾ ਨਾ ਰਿਹਰਸਲ ਨਹੀਂ ਹੈ, ਕਹਿੰਦਾ ਤੁਸੀਂ ਲੈ ਆਓ। ਉਹ ਵਾਕਈ ਜਦੋਂ ਕਵਾਲੀ ਸ਼ੁਰੂ ਹੋਈ ਤਾਂ ਉਹ ਇੱਕ ਬੋਲ ਅੜ ਗਿਆ, ਉਹ ਕਵਾਲ ਕਹਿਣ ਲੱਗੇ ਬਿਗੜੀ ਬਣਾਉਣੀ ਮੇਰਾ ਪੀਰ ਜਾਣਦਾ, ਬਿਗੜੀ ਬਣਾਉਣੀ ਮੇਰਾ, ਉਹ ਪਿਛਲਾ ਕਵਾਲ ਇਹ ਕਹੀ ਹੈ ਬਿਜਲੀ ਬਣਾਉਣੀ ਮੇਰਾ ਪੀਰ, ਉਹ ਐਡਜਸਟਮੈਂਟ ਨੂੰ ਸਜਾਦ ਸਾਹਿਬ। ਅੱਛਾ ਖਾਨ ਸਾਹਿਬ, ਮੈਨੂੰ ਕੋਈ ਜੁਗਤ ਮਾਰੋ, ਕੋਈ ਮਤਲਬ ਮੇਰੇ ਕੋਈ ਖੂਮਰ ਦੇ ਹਿਸਾਬ ਨਾਲ ਕੋਈ ਬਣਦੀ ਤਾਂ ਤੁਹਾਡੇ ਚਪੇਟ ਹੈ, ਲੇਕਿਨ ਮਕਸਦ ਲੇਕਿਨ ਇਹ ਕਿ ਤੁਸੀਂ ਭਾਈ ਚਲੋ ਕੋਈ ਗੱਲ ਨਹੀਂ ਚਲੋ, ਅਤੇ ਇਹ ਭਾਈ ਨੂੰ ਨਹੀਂ ਕਹਿ ਰਹੇ ਨੇ ਮੈਨੂੰ ਕੋਈ ਕੰਮ ਦਵਾ ਦਿਓ ਮੈਂ ਵਿਹਲਾ, ਹਾਂਜੀ ਕਹਿੰਦਾ ਮੇਰਾ ਟੀਵੀ 'ਤੇ ਇੰਟਰਵਿਊ ਚਲਾ ਦਿਓ, ਮੈਂ ਗਾ ਸਕਦਾ। ਉਹ ਪੁੱਤਰਾ ਇਸ ਟਾਈਮ ਪਾਕਿਸਤਾਨ 'ਚ ਜਿਹਨੂੰ ਕੋਈ ਕੰਮ ਨਹੀਂ ਆਉਂਦਾ ਉਹ ਤਾਂ ਗਾਉਣ ਡਿਆ ਵਾ,
ਅੱਛਾ ਚੱਲ ਇੱਧਰ ਆ, ਇੱਥੇ ਆ, ਇੱਥੇ ਬਹਿ ਜਾ, ਬਹਿ ਜਾ, ਐਨ ਮੂੰਹ ਕਰਨਾ ਅੱਗੇ। ਉਹ ਲੱਗਦਾ ਸੀ ਚੋਰ ਫੜਿਆ ਏਦਾਂ। ਇਹ ਗਾਉਣ ਦਾ ਕਿਹੜਾ ਸਟਾਈਲ ਆ, ਗਾਣਾ ਕਿਹੜੇ ਸਿੰਗਰ ਦਾ ਸੁਣਾਏਗਾ? ਜਿਹਦਾ ਤੁਸੀਂ ਕਹੋਗੇ, ਜਿਹਦਾ ਸਾਰੇ ਸਾਹਿਬ। ਕਿਹੜੇ ਸਿੰਗਰ ਦਾ ਸੁਣਨਾ? ਉਸਤਾਦ ਸਲਾਮਤ ਅਲੀ ਸਾਹਿਬ ਦੀ ਕੋਈ ਕਾਫੀ ਸੁਣਾ। ਸ਼ਬਾਸ਼ ਸ਼ਰੀਫ ਸਾਹਿਬ ਨੂੰ ਫੜ ਕੇ ਲੈ ਗਈ ਪੁਲਿਸ, ਇਹ ਵੀ ਫੜਿਆ ਜਾਏਗਾ। ਥੋੜਾ ਮੂੰਹ ਇੱਧਰ ਕਰ ਲਾ, ਪਤਾ ਕਿ ਦੋਵੇਂ ਕੈਮਰੇ। ਮੇਰੀ ਅੱਖੀਆਂ 'ਚ ਹੱਸਦਿਆਂ ਸਜਣਾ, ਹੱਸਦਿਆਂ ਸਜਣਾ, ਵੇ ਮੇਰੇ ਦਿਲ ਵਿੱਚ ਵੱਸਦਿਆਂ ਸਜਣਾ, ਵੇ ਮੇਰੀ ਜਾਂ ਤੇਰੇ ਨਾਮ, ਵੇ ਮੇਰੀ ਜਾਂ ਤੇਰੇ ਨਾਮ, ਕਰਕੇ ਮਰ ਜਾਂ ਤੈਨੂੰ ਤੱਕਿਆਂ ਤੇ ਡੁੱਲ ਗਈਆਂ ਅੱਖੀਆਂ, ਅੱਖੀਆਂ ਸਾਰੀ ਦੁਨੀਆਂ ਨੂੰ ਭੁੱਲ ਗਈਆਂ ਅੱਖੀਆਂ, ਅੱਖੀਆਂ ਕਿਆਰੇ ਖੁਦ ਇਸ਼ਕ ਖੁਦਾ ਨੇ, ਕਿਆਰੇ ਕਿਆਰੇ ਖੁਦ ਇਸ਼ਕ ਖੁਦਾ ਨੇ। ਚਲੋ ਵਾਹ ਵਾਹ, ਕਿਆ ਬਾਤ ਆ, ਜ਼ਬਰਦਸਤ। ਲਓ ਜੀ ਖਾਨ ਸਾਹਿਬ, ਗੱਲ ਇਹ ਹੈ ਕਿ ਬੱਚੇ ਨੇ ਬੜਾ ਅੱਛਾ ਗਾਇਆ। ਮੈਂ ਹੈਰਾਨ ਆ ਕੇ ਦੇਖੋ, ਹੈਂ ਇਹ ਹੀ ਸਾਡਾ ਫੈਸਲਾ ਪਾ ਦੇ ਕਿ ਏਡੀ ਦੀ ਮਿੱਟੀ ਏਡੀ ਦੇਖੇ ਤੇ ਉਹ ਪਤਾ ਨਹੀਂ ਘਰੋਂ ਸੌਦਾ ਲੈਣਾ ਹੈ ਵਿਚਾਰਾ, ਹੈਂ ਤੇ ਗਾ ਕੇ। ਕੱਲ੍ਹ ਝੰਗ ਬਾਜ਼ਾਰ ਦਾ ਬੜਾ ਅਜੀਬ ਜਿਹਾ ਵਾਕਿਆ ਕੀ, ਉਹ ਦੇਖਿਆ ਕਿ ਇੱਕ ਆਵਾਜ਼ ਆ ਰਹੀ ਹੈ ਕਿ ਸਖੀਆ ਦੇ ਜਾ ਇੱਕ ਰੁਪਈਆ ਆਨੇ ਨੂੰ, ਸਖੀਆ ਦੇ ਜਾ ਇੱਕ ਰੁਪਈਆ ਆਨੇ ਨੂੰ, ਸਖੀਆ ਦੇ ਜਾ ਇੱਕ ਰੁਪਈਆ ਆਨੇ ਨੂੰ। ਮੈਂ ਕਿਹਾ ਯਾਰ ਧੁੱਪੇ ਥੱਕ ਗਿਆ ਹੋਣਾ। ਉਹ ਦੇਖਿਆ ਤੇ ਉੱਥੇ ਟੇਪ ਲੱਗੀ, ਫਕੀਰ ਸ਼ਾਵੇਂ ਬੈਠਾ ਹੈਰਾਨ ਕੁਨ, ਹੈਰਾਨ ਕੁਨ। ਤਸਲੀਮ ਸਾਹਿਬ, ਤਸਲੀਮ ਸਾਹਿਬ, ਮਾਸ਼ਾਅੱਲਾ ਤਸਲੀਮ ਸਾਹਿਬ, ਇਹਨਾਂ ਨੂੰ ਬੁਲਾਓ ਜ਼ਰਾ ਸਰ, ਜ਼ਰਾ ਪਲੀਜ਼ ਐਦਰਾ ਜਗ੍ਹਾ ਦੇਣਾ। ਤਸਲੀਮ ਭਾਈ ਕੀ ਹਾਲ ਚਾਲ? ਠੀਕ ਹੈ। ਨਾਜ਼ਰੀਨ ਉਹ ਆਰਟਿਸਟ ਨੇ ਜਿਹਨਾਂ 'ਤੇ ਮੈਂ ਨਜ਼ਰ ਰੱਖੀ ਹੈ ਕਿ ਕਿਤੇ ਅੱਲਾ ਨੇ ਮੈਨੂੰ ਜ਼ਿੰਦਗੀ 'ਚ ਚਾਂਸ ਦਿੱਤਾ ਨਾ, ਅਤੇ ਮੈਂ ਇਹਨਾਂ ਨੂੰ ਤੁਹਾਨੂੰ ਦਿਖਾਵਾਂਗਾ ਕਿ ਇਹਨਾਂ 'ਚ ਕਿਹੜਾ ਕਿਹੜਾ ਟੈਲੈਂਟ ਆ। ਉਹ ਨਜ਼ਰ ਰੱਖੀ ਹੁੰਦੀ ਜਿਹੜੀ ਦਈ ਦੀ, ਉਹ ਤਾਂ ਨਹੀਂ ਰੱਖੀ ਇੱਕੋ ਵੀ। ਚਲ ਖੈਰ, ਉਹ ਮੈਂ ਰੱਖੀ 24 ਘੰਟੇ ਇਸ਼ਾਰੇ 'ਤੇ ਖੜੇ ਰਹਿੰਦੇ ਦਾ ਪਿਆਰ, ਮੈਂ ਤਾਂ ਇਹਨੂੰ ਵੀ ਇਸ਼ਾਰਾ ਹੀ ਸਮਝ ਲਾ। ਇਹ ਸਹੀ ਕਹਿੰਦੇ ਨੇ ਬੇਟੇ, ਔਰ ਏਡੇ ਗਰੀਬ ਆ ਇਹ, ਇਹਦੇ ਸਿਆਣੇ ਨੂੰ ਇਹ ਨਹੀਂ ਪਤਾ ਰੈੱਡ ਬੁੱਲ ਕਿਹਨੂੰ ਕਹਿੰਦੇ ਆ, ਉਸ ਡੱਬੇ 'ਚ ਪੈਸੇ ਜੋੜਨ ਡਏ ਆ। ਉਹ ਲਿਆ ਕਿੱਥੋਂ ਡੱਬਾ? ਕਿਸੇ ਨੇ ਸਿੱਟਿਆ ਆ ਉਹਨੂੰ ਰੰਗੀਨ ਜਿਹਾ ਵੇਖ ਕੇ, ਉਹ 'ਚ ਪੈਸੇ ਜੋੜੇ। ਇਹ ਫੈਸਲਾਬਾਦ ਦਾ ਸਟਾਈਲ ਕਿਹੜਾ, ਕਿਸੇ ਨੇ ਸਿੱਟਿਆ ਆ ਇਹਨਾਂ ਨੇ ਚੱਕ ਲਿਆ ਆ। ਇੱਥੇ ਨੇ ਫੈਸਲਾਬਾਦ ਦੇ ਸ਼ੇਖ ਬੜੀਆਂ ਜੁਗਤਾਂ ਕਰਦੇ। ਇੱਕ ਸ਼ੇਖ ਨੇ ਇੱਕ ਬੰਦੇ ਕੋਲ ਪੈਸੇ ਲੈਣੇ, ਉਹਨੂੰ ਕਹਿੰਦਾ ਪੈਸੇ ਕਿਉਂ ਨੂੰ ਦੇਣ ਡਿਆ? ਕਹਿੰਦਾ ਜੀ ਮੈਂ ਜੋੜ ਕੇ ਦਵਾਂ, ਕਹਿੰਦਾ ਤੂੰ ਪਾਟੇ ਹੀ ਲੈ ਕੇ ਆ। ਇਹਨਾਂ ਦਾ ਇੱਕ ਨਾਮ ਆ, ਇਹਨਾਂ ਨੂੰ ਦੁਨੀਆ ਜਾਣਦੀ, ਇਹਨਾਂ ਦਾ ਨਾਮ ਮਤਲਬ ਕੀ ਹੈ ਭਲਾ ਇਹਨਾਂ ਦਾ? ਗੱਲ ਤਾਂ ਸੁਣੋ, ਤੁਹਾਡਾ ਬੁਝੇ ਚੁੱਲ੍ਹੇ ਵਰਗਾ ਮੂੰਹ ਕੀ ਕਹਿ ਰਿਹਾ। ਉਧਰ ਵਾਜਾ ਗਿਆ ਨਾ, ਉਹ ਬੰਦੇ ਗਏ ਨਾ, ਉਹ ਜਾਣ ਆਉਣ ਹੀ ਦਿੰਦੇ ਨੇ, ਇਹ ਕਨਵੇਂਸ ਹਰ ਪਾਸੇ ਫਿਰਦਾ। ਅਸਲ 'ਚ ਬਾਬਰ ਸਾਹਿਬ ਦੇ ਜਿਹੜੇ ਮਤਲਬ ਸਿਆਣੇ ਸੀ ਨਾ, ਸ਼ੁਰੂ ਤੋਂ ਹੀ ਬਰੀਕ ਸੀ, ਅੱਲਾ ਉਹਨਾਂ ਨੂੰ ਦਰਜਾਤ ਬੁਲੰਦ ਕਰੇ, ਬੜੇ ਬਰੀਕ ਸੀ ਉਹਨਾਂ ਨੇ ਵਾਜਾ ਬਜਾਇਆ। ਜੰਨਤ ਨਸੀਬ ਕਰੇ, ਹੈ ਜੰਨਤ ਦਰਜਾਤ ਮਿਲ ਜਾਣੇ ਆ ਜੰਨਤ ਦਾ, ਹੁਣ ਉੱਥੇ ਫਿਰ ਸੋਚਣਗੇ ਇਹਨੂੰ ਬਿਹਤਰ ਨੇ ਵੀ ਉਹ ਲੈ ਲਈਏ। ਅਸਲ ਦੇ ਵਿੱਚ ਗੱਲ ਹੈ ਕਿ ਸਾਨੂੰ ਨਹੀਂ, ਮੈਂ ਇਸ ਤੋਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਜੰਨਤ ਨਸੀਬ ਕਰੇ, ਤੁਸੀਂ ਆਮ ਹੀ ਨਹੀਂ ਕਿਹਾ, ਤੁਸੀਂ ਦਰਜਾਤ ਬੁਲੰਦ ਕਿਹਾ। ਉਹ ਦਰਜਾਤ 'ਤੇ ਬੰਦਾ ਕਹਿੰਦਾ ਵੀ ਅਲਾ ਬੀਜ ਆ ਸੀਜ ਆ, ਹੁਣ ਜਨਰਲ ਡਾਇਰੈਕਟ ਨਹੀਂ ਮੈਂ ਲੈ ਕੇ ਸਿਆ, ਹੋ ਸਕਦਾ ਪਤਾ ਨਹੀਂ ਕਿਹੜਾ ਕੰਮ ਕੀਤਾ ਨਸ਼ਾ ਹੀ ਸੀ। ਦੇ ਵਾਲ ਇੱਦਾਂ ਜਿਵੇਂ 2 ਕਿਲੋ ਦੁੱਧ 5 ਦੀਆਂ ਫੇਣੀਆਂ ਪਾਈਆਂ ਨੇ। ਇਹ ਮੈਸੇਜ ਦਿਓ ਕਿ ਜਿਹਦੇ ਨਾਲ ਕੋਈ ਨਸਲ, ਅਗਲੀ ਜਿਹੜੀ ਸਾਡੀ ਨਸਲ ਆ, ਉਹ ਸਿਰਫ ਇਕੱਲੀਆਂ ਜੁਗਤਾਂ ਹੀ ਨਾ ਰੱਖੇ, ਕਿਉਂਕਿ ਨਾਲ ਜੁਗਤਾਂ ਨਹੀਂ ਜਾਣੀ ਹੈ। ਇਨਸਾਨ ਨੂੰ ਕਮ ਸੇ ਕਮ ਅਕਲ, ਸ਼ਾਊਰ, ਫਹਿਮ ਵੀ ਹੋਣਾ ਚਾਹੀਦਾ। ਹੁਣ ਜਨਾਬੇ ਦੀ ਖਾਨ ਸਾਹਿਬ, ਇਹ ਮੈਂ ਹੈਰਾਨ ਹਾਂ ਵੀ ਪਤਾ ਨਹੀਂ ਇਹਨੇ ਬੰਬ ਖਾਣਾ ਆ, ਏਡੀ ਅਕਲ ਵਾਲੀਆਂ ਗੱਲਾਂ ਕਰੀ ਜਾਂਦੇ। ਚਲ ਬਸ ਬਸ ਓਏ ਬਸ ਬੇਟਾ, ਚਲ 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 ਆਹੋ, ਚਲ ਚਲੋ ਜੀ ਆਓ ਜੀ।